ਇਹੋ ਜਿਹਾ ਬੰਦਾ ਹੁੰਦਾ ਬਾਬਾ ਜੀ ਇੱਕੋ ਦਰਵਾਜ਼ਾ ਲੈ ਕੇ ਕਹਿੰਦਾ ਪਾਣਾ ਮਕਾਨ ਵੇਚਣਾ ਇਹ ਦਰਵਾਜ਼ਾ ਸਿਰ ਨੂੰ ਚੁੱਕਿਆ ਤੇ ਲੈ ਕੇ ਜਾ ਭੱਜਾ ਯਾਰ ਮੈਂ ਕੀ ਹੋਇਆ ਉਹ ਕਹਿੰਦਾ ਯਾਰ ਤਾਲਾ ਲੱਗਾ ਤੇ ਚਾਬੀ ਅੰਦਰ ਰਹਿ ਗਈ ਤੇ ਕੁਲਾਂ ਚੱਲਾ ਤੇਰੇ ਦਾਦੇ ਨੇ ਬਾਬਾ ਜੀ ਉਹ ਧਾਗੇ ਵਾਲਾ ਕਰੇਲਾ ਖਾ ਲਿਆ ਤੇ ਵਾਸ਼ਰੂਮ ਚ ਗਿਆ ਤੇ ਧਾਗਾ ਹੀ ਕੱਲਾ ਆਈ ਜਾ ਧਾਗਾ ਹੀ ਕੱਲਾ ਆਈ ਜਾਣ ਦਿਆ ਤੇ ਇਹਨੂੰ ਕਹਿ ਰਿਹਾ ਉਹ ਸੁਲਮਾਨ ਆ ਗਿਆ ਉਹ ਸਾਲਿਆ ਕੈਂਚੀ ਲਿਆ ਉਦੋਂ ਲਿਆਏਗੇ ਤੇ ਦਾਦਾ ਉਧਰ ਜਾਏਗਾ ਓਏ 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 ਕੀ ਬਾਤ ਹੈ ਗੁੱਡ ਅਫੈਰੀ ਮੋਡ ਹੋਣਾ ਤੇ ਜਾ ਕੇ ਨਾ ਪਠਾਨ ਨੂੰ ਕਹਿੰਦਾ ਭਾਈਆ ਜੈਕਟ ਗਰਮ ਹੈ ਕਹਿੰਦਾ ਨਹੀਂ ਕੋਸੀ ਕੋਸੀ ਹੈ ਅੰਬਾਲੇ ਬਾਗ ਚ ਅੰਬ ਤੋੜਨ ਗਿਆ ਸਰਕਾਰ ਤੇ ਉਹਨਾਂ ਨੇ ਫੜ ਲਿਆ ਉਹਨੇ ਆਖਿਆ ਓਏ ਤੂੰ ਕੀ ਕਰ ਰਿਹਾ ਕਹਿੰਦਾ ਮੜਾ ਅੰਬ ਤੋੜਾ ਕਹਿੰਦਾ ਨਹੀਂ ਨਹੀਂ ਮੈਂ ਤਾਂ ਟੱਠੀ ਇਧਰ ਕਰ ਕਹਿੰਦਾ ਦਿਖਾਓ ਕਿਧਰ ਗਿਆ ਟੱਠੀ ਲੱਭਦਾ ਰਹਿੰਦਾ ਲੱਭਦਾ ਰਹਿੰਦਾ ਇੱਕ ਜਗ੍ਹਾ ਤੇ ਸੁੱਕੀ ਟੱਠੀ ਕਿ ਕਹਿੰਦਾ ਆ ਗਿੱਜੀ ਕਹਿੰਦਾ ਇਹ ਤੇ ਪੁਰਾਣੀ ਆ ਕਹਿੰਦਾ ਮੇਰੀ ਮਰਜ਼ੀ ਮੈਂ ਪੁਰਾਣੀ ਕਰਾਂ ਜਾਂ ਨਵੀਂ नशा करने पुलिस पै गई इन्हें खड़ा होना सिगरेट सुट के दुआ मंगन लग पा कहना की करना इतने नशा कर दिया कहना नहीं मैं दुआ मंगना आपू की कबर कहना बच्चे की कहना आपू बचपन च बहुत हो गए मंजा रख के बाबा जी बाहर बैठा है मंजा रख के बाबा जी घर के बाहर बह गया बोला साहब कहता उठो तेन पता करफ्यू लगा कहना भाई मंजा अंदर रख लेना कहना नहीं नहीं कहना भाई थोड़ी मेहरबानी मंजा अंदर रख लिया मंजा चौके अंदर रखे बाबा जी कुंडी वाली कहता बाहर आ कहना मैं बाहर क्यों मैं बाहर तो करफ्यू लगा चलो कोई तो गया फौजी ताश के लले पुलिस बह गई भाज के डाले च बह गए ਆਪਣੀ ਅਮੀ ਕਹਿੰਦਾ ਅਮੀ ਧਾਗੇ ਵਾਲੇ ਕਰੇਲੇ ਪਕਾਓ ਇਹਦੀ ਅਮੀ ਕਹਿੰਦੀ ਪੁੱਤ ਧਾਗਾ ਨਹੀਂ ਆਇਆ ਕਰੇਲਾ ਲੈ ਗਿਆ ਦੁਕਾਨ ਤੇ ਜਾ ਕੇ ਇਹਦੇ ਨਾਲ ਦਾ ਧਾਗਾ ਦੇ ਦਿਓ ਆਊਟ ਕਲਾਸ ਹੋ ਗਿਆ ਬਾਬਾ ਜੀ ਇੱਕ ਬੰਦੇ ਨੇ ਰਾਹ ਤੇ ਉਲਟੀ ਕੀਤੀ ਕਹਿੰਦਾ ਪਰ ਪਰ ਸਾਰੇ ਆਲੂ ਆਲੂ ਸਾਰੇ ਮੇਰੇ ਨੇ ਓਏ ਭਾਈ ਤੂੰ ਰਹਿ ਜਾਂਦੇ ਓਏ ਜ਼ਮੀਨ ਦਾ ਹੱਥ ਮਾਰ ਕੇ ਉਹ ਲਾਇਰ ਕੀ ਹੋਇਆ ਕਹਿੰਦਾ ਲੋਕੀ ਥੋਕੂ ਇਦਾਂ ਛੋੜਦੇ ਜਿਹੜਾ ਪੰਜਾਂ ਠੀਪਾ ਪਿਆ ਬਾਤ ਮੁਸਤਫਾ ਨੇ ਸ਼ੋਤ ਗਿਆ ਉਹਨੇ ਆਖਿਆ 12 ਬੱਲੋ ਕੇ ਨਾਮ ਬਤਾਓ ਕਹਿੰਦਾ ਪਾਣੇ ਇੱਕ ਸੇਬ ਇੱਕ ਕੇਲਾ 10 ਮਾਲਟੇ ਬਾਤ ਮੁਸਤਫਾ ਨੇ ਸ਼ੋਤ ਗਿਆ ਉਹਨੇ ਆਖਿਆ ਮਾਰੀ ਕੌਮੀ ਜ਼ਬਾਨ ਗਿਆ ਕਹਿੰਦਾ ਖੜਾ ਹੋ ਕਹਿੰਦਾ ਸਰ ਐ ਲਈ ਬਾਤ ਮੁਸਤਫਾ ਸ਼ੋਤ ਗਿਆ ਉਹਨੇ ਆਖਿਆ ਕੌਣ ਸਾ ਡੱਬਾ ਖੋਲੇ ਕਹਿੰਦਾ ਪਾਣੇ ਰੋਟੀ ਵਾਲਾ ਹਾਂ ਬਸ ਯਾਰ ਸੋਚਣੀ ਨਹੀਂ ਯਾਰ ਦਸਤੀ ਲਾਣੀ ਯਾਰ ਐਦਾਂ ਨਹੀਂ ਯਾਰ ਹੱਸ ਬੋ ਇੱਕ ਵਾਰੀ ਹੱਸ ਬੋ ਯਾਰ ਡਾਕਟਰ ਬਣ ਗਿਆ ਡਾਕਟਰ ਤੇ ਸਤਾ ਭਰਾ ਆ ਗਿਆ ਸਰਕਾਰ ਨੂੰ ਸਮਝ ਨਹੀਂ ਲੱਗੀ ਤੇ ਸ਼ਰਮਿੰਦਾ ਨੂੰ ਸ਼ਰਮਿੰਦਾ ਨਹੀਂ ਉਹਨੂੰ ਕਹਿੰਦਾ ਹਾਂਜੀ ਭਾਈ ਤੁਹਾਡਾ ਨਾਮ ਕੀ ਓਏ ਡਾਕਟਰ ਬਣ ਗਿਆ ਬਾਬਾ ਜੀ ਉਹ ਥੱਥੇ ਵਾਲੀ ਲਾ ਇਹਦੇ ਕੋਈ ਗਾਹਕ ਨਹੀਂ ਸੀ ਨਲਕੇ ਬੋਕੀਆਂ ਦਾ ਕੰਮ ਕਰਦਾ ਸੀ ਨਲਕੇ ਬੋਕੀਆਂ ਦਾ ਤੇ 16 17 ਸਾਲ ਤੋਂ ਕੰਮ ਕਰਦਾ ਸਰਕਾਰ ਤੇ ਇਹਦੇ ਬਿਲਕੁਲ ਨਾਲ ਗਵੰਡ ਨੇ ਸਰਕਾਰ ਇੱਕ ਡਾਕਟਰ ਆ ਕੇ ਬਹਿ ਗਿਆ ਤੇ ਐਮਬੀਬੀਐਸ ਤੇ ਬਾਹਰ ਦੇ ਮੁਲਕੋਂ ਪੜ ਕੇ ਆਇਆ ਤੇ ਉਹ ਸਵੇਰੇ ਦੁਕਾਨ ਖੋਲੀ ਤੇ ਉਹਦੇ ਅੱਗੇ ਰਾਸ਼ੀ ਰਾਸ਼ ਲੱਗਾ ਰਾਸ਼ੀ ਰਾਸ਼ ਲੱਗਾ ਤੇ ਸਿਆਣੇ ਬੰਦੇ ਕੋਲ ਚਲਾ ਗਿਆ ਕਿਸੇ ਐ ਪੀਰਾਂ ਕੋ ਪੀਰ ਸਾਹਿਬ ਗੱਲ ਇਹ ਕਿ ਨਾਲ ਦੀ ਦੁਕਾਨ ਖੋਲੀ ਆ ਡਾਕਟਰ ਦੀ ਤੇ ਉਹ ਕੋ ਰਸ਼ ਬਹੁਤ ਹੈ ਤੇ ਮੇਰੇ ਕੋ 16 ਸਾਲ ਤੋਂ ਇੰਨੇ ਗਾਹਕ ਨਹੀਂ ਆਏ ਉਹਨੇ ਆਖਿਆ ਇਦਾਂ ਕਰ ਤੂੰ ਵੀ ਚੁੱਪ ਕਰਕੇ ਨਾ ਡਾਕਟਰੀ ਦੀ ਦੁਕਾਨ ਪਾ ਲਾ ਉਹਦੇ ਮੁਕਾਬਲੇ ਇਹਨੇ ਆਖਿਆ ਠੀਕ ਹੈ ਸਰਕਾਰ ਥਰਮਾਮੀਟਰ ਸਰਕਾਰ ਕੰਨ ਤੇ ਟੰਗਿਆ ਉਹ ਇਦਾਂ ਇਦਾਂ ਕਰਨ ਵਾਲਾ ਉਹ ਵੀ ਕੰਨ ਤੇ ਟੰਗਿਆ ਸਰਕਾਰ ਕਿੱਦਾਂ ਕਿੱਦਾਂ ਕਰਿਆ ਇੱਥੇ ਇੱਥੇ ਉਹ ਵੀ ਸਰਕਾਰ ਕੰਨ ਤੇ ਟੰਗਿਆ ਹੈ ਇੱਕ ਬੁੱਢੀ ਜੀ ਮਾਈ ਆਈ ਭੈਣ ਚੋ ਆਖਰੀ ਸਮਾਂ ਤੇ ਸਰਕਾਰ ਤੇਲ ਤੋਂ ਉਹਦਾ ਇਲਾਜ ਨਾ ਹੋਇਆ ਤੇ ਉਹਦੀ ਬਾਹ ਫੜ ਕਹਿੰਦਾ ਮਾਂ ਜੀ ਤੁਹਾਡੀ ਬੌਗੀ ਪਟਾਕਾ ਮਾਰ ਗਈ ਵਕੀਲ ਬਣ ਗਿਆ ਸਰਕਾਰ ਐਡਾ ਭਾਰਾ ਕੇਸ ਆ ਗਿਆ ਐਡਾ ਭਾਰਾ ਕੇਸ ਆ ਗਿਆ ਸਾਲਾ ਵੀ ਨਾਲ ਹੀ ਅੰਦਰ ਹੋ ਗਿਆ ਓਏ ਓਏ ਫੈਜ਼ੀ ਫੈਜ਼ੀ ਚੁਟਕੀ ਵਾਲੀ ਲਾ ਦੇ ਫੈਜ਼ੀ ਚੁਟਕੀ ਵਾਲੀ ਲਾ ਦੇ ਯਾਰ ਫੈਜ਼ੀ ਯਾਰ ਇਹਨਾਂ ਵਾਸਤੇ ਇੱਕ ਸ਼ੇਰ ਬਸ ਆਹੀ ਆ ਯਾਰ ਮੈਂ ਨਾ ਭਾਈ ਹੁਣੀ ਆ ਸ਼ਰੀਫ ਲੋਕ ਨੇ ਯਾਰ बगल गुस्सा तो नहीं कर रहे बूटा
स्कूले चला गया एक बूट होर पा के चला गया, एक होर पा के चला गया। उस्ताद ने आख्या चल घर बदल गया, कहिंदा फायदा कोई नहीं उस्ताद जी घर भी इहदे नाल दे ही पए ने। उस्ताद स्कूले गया ते उस्ताद ने पुछया कौन सा जानवर है जिसके दांत नहीं है खड़ा, कहिंदा मेरी दादी।